गठिए ਦਾ ਮਰੀਜ਼ ਜਿਹੜੇ ਕਿ ਦੇਸੀ ਇਲਾਜਾਂ ਵਿੱਚ ਚੱਕਰਾਂ 'ਚ ਪੈ ਜਾਂਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਇਹਦਾ ਇਲਾਜ ਕਰਵਾਓ ਵਧੀਆ ਤੋਂ ਵਧੀਆ ਇਲਾਜ ਅਵੇਲੇਬਲ ਹੈ ਪੰਜਾਬ 'ਚ ਗਠੀਏ ਦੇ ਕੁਝ ਹੀ ਸਪੈਸ਼ਲਿਸਟ ਡਾਕਟਰ ਨੇ ਜੀ ਆਪਣੇ ਬਰਨਾਲੇ ਜ਼ਿਲ੍ਹੇ ਦੇ ਡਾਕਟਰ ਮਰੀਜ਼ਾਂ ਨੂੰ ਗਠੀਏ ਦਾ ਇਲਾਜ ਕਰਾਉਣ ਲਈ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਲੁਧਿਆਣਾ ਬਠਿੰਡਾ PGI ਚੰਡੀਗੜ੍ਹ ਜੀ ਜੋ ਇਹੀ ਇਲਾਜ ਇਹੀ ਸੁਵਿਧਾ ਵੈਸੀ ਹੁਣ ਬਰਨਾਲਾ ਸਿਵਲ ਹਸਪਤਾਲ 'ਚ ਉਪਲਬਧ ਕਰਵਾ ਰਹੇ ਹਾਂ ਇਹਦੇ ਵਿੱਚ ਡਾਕਟਰ ਦੀ ਕੋਈ ਫੀਸ ਨਹੀਂ ਲੱਗਦੀ ਕੁਝ ਦਵਾਈਆਂ ਵੀ ਫ੍ਰੀ ਮਿਲਦੀਆਂ ਹਨ ਤੇ ਟੈਸਟਾਂ ਦਾ ਵੀ ਖਰਚਾ ਨਹੀਂ ਲੱਗਦਾ ਜੀ ਅੱਜ ਗੱਲ ਕਰਦੇ ਹਾਂ ਸਿਵਲ ਹਸਪੀਟਲ ਬਰਨਾਲਾ ਦੀ ਜੋ ਕਿ ਅੱਜ ਕੱਲ ਡਾਕਟਰਾਂ ਦੀ ਮਿਹਨਤ ਸਦਕਾ ਤੇ ਬਹੁਤ ਮਸ਼ਹੂਰ ਹੈ ਉੱਥੇ ਡਾਕਟਰਾਂ ਵੱਲੋਂ ਦਿਨ ਰਾਤ ਮਰੀਜ਼ਾਂ ਦੀ ਸੇਵਾ ਦਿਲ ਨਾਲ ਕੀਤੀ ਜਾਂਦੀ ਹੈ ਅੱਜ ਇਸ ਤਰ੍ਹਾਂ ਦੇ ਹੀ ਇੱਕ ਡਾਕਟਰ ਬਾਰੇ ਤੁਹਾਨੂੰ ਦੱਸਦੇ ਹਾਂ ਜੋ ਕਿ ਕਾਫੀ ਮਸ਼ਹੂਰ ਹਨ ਨਿੱਕੀ ਉਮਰ ਵਿੱਚ ਵੱਡੀਆਂ ਬੁਲੰਦੀਆਂ ਨੂੰ ਹਾਸਲ ਕੀਤਾ ਇਹਨਾਂ ਨੇ ਦੂਰੋਂ ਦੂਰੋਂ ਮਰੀਜ਼ ਇਲਾਜ ਕਰਾਉਣ ਲਈ ਪਹੁੰਚਦੇ ਹਨ ਇਹਨਾਂ ਕੋਲ ਆਪਾਂ ਗੱਲ ਕਰਦੇ ਹਾਂ ਡਾਕਟਰ ਦੇਵਗਨ ਮਿੱਤਲ ਦੀ ਜੋ ਕਿ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦੇ ਹਨ ਸਿਵਲ ਹਸਪੀਟਲ ਬਰਨਾਲਾ ਵਿੱਚ ਇਹ ਬਹੁਤ ਮਸ਼ਹੂਰ ਡਾਕਟਰ ਤੇ ਗਠੀਏ ਦੀ ਬਿਮਾਰੀ ਦੇ ਸਪੈਸ਼ਲ ਡਾਕਟਰ ਨੇ ਦੱਸਣਾ ਚਾਹੁੰਦੇ ਹਾਂ ਕਿ ਇਹ ਮਰੀਜ਼ਾਂ ਲਈ ਰੱਬ ਦਾ ਰੂਪ ਨੇ ਇਹ ਹਰ ਮਰੀਜ਼ ਦੀ ਸੇਵਾ ਦਿਲੋਂ ਕਰਦੇ ਹਨ ਹੁਣ ਤੱਕ ਇਹਨਾਂ ਵੱਲੋਂ ਕਾਫੀ ਮਰੀਜ਼ਾਂ ਦਾ ਇਲਾਜ ਕਰਕੇ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਗਿਆ ਪਟਿਆਲਾ ਬਠਿੰਡਾ ਸੰਗਰੂਰ ਤੇ ਹੋਰ ਕਈ ਦੂਰੋਂ ਦੂਰੋਂ ਸ਼ਹਿਰਾਂ ਤੋਂ ਲੋਕ ਇਹਨਾਂ ਕੋਲ ਇਲਾਜ ਕਰਵਾਉਣ ਲਈ ਆਉਂਦੇ ਨੇ ਡਾਕਟਰ ਸਾਹਿਬ ਬਹੁਤ ਨੇਕ ਤੇ ਸੋਸ਼ਲ ਵਰਕਰ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਛੁੱਟੀ ਵਾਲੇ ਦਿਨ ਵੀ ਮਰੀਜ਼ ਦੀ ਫੋਨ ਕਾਲ ਤੇ ਡਿਊਟੀ ਜੁਆਇਨ ਕਰ ਲੈਂਦੇ ਹਨ ਡਾਕਟਰ ਦੇਵਗਨ ਮਿੱਤਲ ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਡਾਕਟਰ ਦੇਵਗਨ ਮਿੱਤਲ ਵੱਲੋਂ ਕਿਹਾ ਗਿਆ ਕਿ ਮੈਂ ਗਠੀਏ ਦੀ ਬਿਮਾਰੀ ਦਾ ਸਪੈਸ਼ਲ ਡਾਕਟਰ ਹਾਂ ਲੋਕ ਇਹ ਬਿਮਾਰੀ ਨੂੰ ਬਹੁਤ ਵੱਡਾ ਸਮਝਦੇ ਨੇ ਤੇ ਦੇਸੀ ਇਲਾਜ ਕਰਾਉਂਦੇ ਨੇ ਮੈਂ ਉਹਨਾਂ ਨੂੰ ਇਹ ਸਲਾਹ ਦੇਵਾਂਗਾ ਕਿ ਇਹ ਕੋਈ ਖਾਸ ਵੱਡੀ ਬਿਮਾਰੀ ਨਹੀਂ ਹੈ ਅੱਜ ਕੱਲ ਕਾਫੀ ਦਵਾਈਆਂ ਆ ਚੁੱਕੀਆਂ ਹਨ ਜਿਸ ਨਾਲ ਇਹਨਾਂ ਦਾ ਬਹੁਤ ਵਧੀਆ ਇਲਾਜ ਹੁੰਦਾ ਹੈ ਇਹਨਾਂ ਵੱਲੋਂ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਤੇ ਫ੍ਰੀ ਟੈਸਟ ਵੀ ਕਰਵਾ ਕੇ ਦਿੱਤੇ ਜਾਂਦੇ ਹਨ ਬਿਨਾਂ ਕਿਸੇ ਫੀਸ ਤੋਂ ਜਿਹੜਾ ਇਹ ਲੋਨ ਦਾ ਕੰਮ ਆ ਇਹ ਕੋਸ਼ਿਸ਼ ਆ ਮੇਰੀ ਵੀ ਘੱਟ ਤੋਂ ਘੱਟ ਵਿਆਜ ਤੇ ਬੜੀ ਆਸਾਨੀ ਨਾਲ ਦਿੱਤਾ ਜਾਵੇ ਦੋ ਪਹੀਆ ਵਾਹਨ ਟੂ ਵੀਲਰ ਕਰਦੇ ਹਾਂ ਜਾਂ ਫਿਰ ਅਸੀਂ ਜਿਹੜੇ ਛੋਟੇ ਦੁਕਾਨਦਾਰ ਆ ਜਿਵੇਂ ਉਹਨਾਂ ਨੇ ਕੋਈ ਮਾਲ ਪਾਉਣਾ ਅੱਗੇ ਤਾਂ ਅਸੀਂ ਉਹਨਾਂ ਨੂੰ ਉਹ ਮਾਲ ਪਾਉਣ ਲਈ ਅਸੀਂ ਉਹਨਾਂ ਨੂੰ ਇੱਕ ਲੋਨ ਜਾਂ ਕਰਜ਼ਾ ਆਪਾਂ ਦਿੰਦੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਗਠੀਆ ਬਾਰੇ ਕੀ ਕਹਿਣਾ ਚਾਹੋਗੇ ਅੱਜ ਵਰਲਡ ਰੂਮੈਟਾਇਡ ਆਰਥਰਾਈਟਿਸ ਡੇ ਹੈ ਮੇਰਾ ਇਸ ਦਿਨ ਤੇ ਲੋਕਾਂ ਨੂੰ ਸਿਰਫ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਗਠੀਆ ਬਾਰੇ ਅਵੇਅਰਨੈਸ ਪੈਦਾ ਕਰਨਾ ਚਾਹੁੰਦਾ ਜੀ ਗਠੀਏ ਦਾ ਮਰੀਜ਼ ਜਿਹੜੇ ਕਿ ਦੇਸੀ ਇਲਾਜਾਂ ਵਿੱਚ ਚੱਕਰਾਂ 'ਚ ਪੈ ਜਾਂਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਇਹਦਾ ਇਲਾਜ ਕਰਵਾਓ ਵਧੀਆ ਤੋਂ ਵਧੀਆ ਇਲਾਜ ਅਵੇਲੇਬਲ ਹੈ ਦਵਾਈਆਂ ਨਾਲ ਇਹ ਬਿਮਾਰੀ ਜੜੋਂ ਵੀ ਖਤਮ ਹੋ ਜਾਂਦੀ ਹੈ ਟਾਈਮ ਜੀ ਆਪਣੇ ਪੰਜਾਬ 'ਚ ਗਠੀਏ ਦੇ ਕੁਝ ਹੀ ਸਪੈਸ਼ਲਿਸਟ ਡਾਕਟਰ ਨੇ ਜੀ ਆਪਣੇ ਬਰਨਾਲੇ ਜ਼ਿਲ੍ਹੇ ਦੇ ਡਾਕਟਰ ਮਰੀਜ਼ਾਂ ਨੂੰ ਗਠੀਏ ਦਾ ਇਲਾਜ ਕਰਾਉਣ ਲਈ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਲੁਧਿਆਣਾ ਬਠਿੰਡਾ PGI ਚੰਡੀਗੜ੍ਹ ਜੀ ਜੋ ਇਹੀ ਇਲਾਜ ਇਹੀ ਸੁਵਿਧਾ ਵੈਸੀ ਹੁਣ ਬਰਨਾਲਾ ਸਿਵਲ ਹਸਪਤਾਲ 'ਚ ਉਪਲਬਧ ਕਰਵਾ ਰਹੇ ਹਾਂ ਇਹਦੇ ਵਿੱਚ ਡਾਕਟਰ ਦੀ ਕੋਈ ਫੀਸ ਨਹੀਂ ਲੱਗਦੀ ਕੁਝ ਦਵਾਈਆਂ ਵੀ ਫ੍ਰੀ ਮਿਲਦੀਆਂ ਹਨ ਅਤੇ ਟੈਸਟਾਂ ਦਾ ਵੀ ਖਰਚਾ ਨਹੀਂ ਲੱਗਦਾ ਜੀ ਸਾਡੇ ਕੋਲ ਆ ਮਰੀਜ਼ ਨੇ ਮਾਤਾ ਜੀ ਹੰਡਿਆਏ ਤੋਂ ਇਹਨਾਂ ਦਾ ਇਲਾਜ ਪਹਿਲਾਂ ਬਠਿੰਡਾ ਤੋਂ ਚੱਲ ਰਿਹਾ ਸੀਗਾ ਰੂਮੈਟੋਲੋਜੀ ਦੇ ਡਾਕਟਰ ਤੋਂ ਬਟ ਇਹ ਹੁਣ ਸਾਡੇ ਕੋਲ ਬਰਨਾਲੇ ਆ ਰਹੇ ਇਹਨਾਂ ਦੀ ਦਵਾਈ ਸਹੀ ਤੋਂ ਚੱਲ ਰਹੀ ਹੈ ਇਹ ਹੁਣ ਬਿਲਕੁਲ ਜੋੜਾਂ ਦੀ ਸੋਜ ਤੋਂ ਸਰ ਗਠੀਏ ਦੀ ਸਰ ਕੀ ਨਿਸ਼ਾਨੀ ਹੋਗੀ ਗਠੀਆ ਜਦੋਂ ਗਠੀਏ ਸ਼ੁਰੂਆਤ ਹੁੰਦੀ ਆ ਗਠੀਏ ਦੀ ਸ਼ੁਰੂਆਤ ਜੀ ਸਭ ਤੋਂ ਪਹਿਲਾਂ ਬੁਖਾਰ ਹਲਕਾ ਫੁਲਕਾ ਬੁਖਾਰ ਸਰੀਰ 'ਚ ਦਰਦਾਂ ਜੋੜਾਂ 'ਚ ਸੋਜ ਆਉਣੀ ਠੀਕ ਹੈ ਇਹ ਗਠੀਏ ਦੀ ਨਿਸ਼ਾਨੀਆਂ ਹੁੰਦੀਆਂ ਪਰ ਗਠੀਏ ਕਈ ਤਰ੍ਹਾਂ ਦੇ ਹੁੰਦੇ ਆ ਜੀ ਗਠੀਏ ਕਈ ਤਰ੍ਹਾਂ ਦੇ ਕਿਸੇ ਨੂੰ ਬਾਲ ਝੜਨੇ ਜ਼ਿਆਦਾ ਕਿਸੇ ਨੂੰ ਮੂੰਹ 'ਚ ਛਾਲੇ ਹੋਣਾ ਕਿਸੇ ਨੂੰ ਸਾਹ ਝੜਨਾ ਅੱਡ ਅੱਡ ਤਰ੍ਹਾਂ ਇਹ ਆ ਸਕਦਾ ਇਸ ਲਈ ਜਦੋਂ ਵੀ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ ਸਭ ਤੋਂ ਪਹਿਲਾਂ ਆਪਦੇ MD ਮੈਡੀਸਨ ਡਾਕਟਰ ਕੋਲ ਜਾਓ ਉਹ ਤੁਹਾਨੂੰ ਜਾਂਚ ਕਰਕੇ ਦੱਸ ਸਕਦੇ ਹੁੰਦੇ ਕਿ ਇਹ ਗਠੀਆ ਹੈ ਜਾਂ ਨਹੀਂ ਹੈ ਉਹ ਅੱਗੇ ਫਿਰ ਉਸ ਹਿਸਾਬ ਨਾਲ ਰੂਮੈਟੋਲੋਜੀ ਦੇ ਡਾਕਟਰ ਕੋਲ ਰੈਫਰ ਕਰ ਸਰ ਕੋਈ ਜਿਹੜੇ ਗਠੀਏ ਦੇ ਕਈ ਮਰੀਜ਼ ਨੇ ਜਿਹੜੇ ਆਪਣਾ ਦੇਸੀ ਇਲਾਜ ਕਰਾਉਂਦੇ ਨੇ ਕੋਈ ਹਕੀਮਾਂ ਤੋਂ ਲਾ ਲਓ ਕੋਈ ਵੈਦਾਂ ਤੋਂ ਲਾ ਲਓ ਜਾਂ ਪਿੰਡਾਂ ਦੇ ਵਿੱਚ ਕੋਈ ਅੱਜ ਕੱਲ੍ਹ ਨੋਰਮਲ ਚੱਲਣ ਜਿਨ੍ਹਾਂ ਕੋਲ ਕੋਈ ਡਿਗਰੀ ਨਹੀਂ ਹੁੰਦੀ ਜਿਨ੍ਹਾਂ ਕੋਲ ਕੋਈ ਵੀ ਆਪਣਾ ਐਕਸਪੀਰੀਅੰਸ ਕੋਈ ਵੀ ਨਹੀਂ ਹੁੰਦਾ ਤਾਂ ਸਰ ਉਹ ਵੀ ਇਲਾਜ ਕਰੀ ਜਾਂਦੇ ਨੇ ਫਿਰ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਇੱਦਾਂ ਜੇ ਉਹ 'ਚ ਹਾਈ ਡੋਜ਼ ਸਟੀਰੋਇਡ ਦੇ ਦਿੱਤੇ ਜਾਂਦੇ ਆ ਉਹਦੇ 'ਚ ਕੀ ਹੁੰਦਾ ਇੱਕ ਵਾਰ ਤਾਂ ਮਰੀਜ਼ ਨੂੰ ਆਰਾਮ ਆ ਜਾਂਦਾ ਬਟ ਉਹ ਲੰਬੇ ਟਾਈਮ ਉਹ ਮਰੀਜ਼ ਨੂੰ ਬਹੁਤ ਨੁਕਸਾਨ ਕਰਦਾ ਜਿਹਦੇ ਇਹ ਦਵਾਈਆਂ ਕਰਕੇ ਪੇਟ 'ਚ ਜ਼ਖਮ ਹੋਣਾ ਲੀਵਰ 'ਤੇ ਸੋ ਜਾਣਾ ਹੱਡੀਆਂ ਦੀ ਕਮਜ਼ੋਰੀ ਕਰਕੇ ਹੱਡੀਆਂ ਦੇ ਫ੍ਰੈਕਚਰ ਹੋ ਜਾਣਾ ਚੁੱਲ੍ਹੇ ਦਾ ਫ੍ਰੈਕਚਰ ਹੋਣਾ ਇਹ ਸਾਰੀ ਦਿੱਕਤਾਂ ਹੋ ਸਕਦੀਆਂ ਹੁੰਦੀਆਂ ਇਸ ਲਈ ਇਹ ਦੇਸੀ ਇਲਾਜਾਂ 'ਚ ਨਾ ਪੈ ਕੇ ਆਪਦਾ ਪ੍ਰੋਪਰ ਇੱਕ MD ਮੈਡੀਸਨ ਡਾਕਟਰ ਕੋਲੋਂ ਇਲਾਜ ਕਰਾਇਆ ਜਾਵੇ